ਤੇ ਲਓ ਮੇਰੀ ਲਾਈਨ ਇਸ ਵੇਲੇ ਮਿਲੀ ਹੋਈ ਹੈ ਬਠਿੰਡੇ ਤੋਂ ਬਠਿੰਡੇ ਤੋਂ ਇੱਕ ਬੜੇ ਹੀ ਰਿਸਪੈਕਟੇਬਲ ਬੜੇ ਹੀ ਮੰਨੇ ਪਰਮੰਨੇ ਪੱਤਰਕਾਰ ਕੁਲਵੀਰ ਹੋਰੀ ਸਾਡੇ ਨਾਲ ਜੁੜਦੇ ਹੁੰਦੇ ਆ ਲੈ ਕੇ ਜਾਣਕਾਰੀ ਤੋਂ ਇਹ ਜੋ ਵੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਦੇਣਾ ਚਾਹ ਰਹੇ ਹਾਂ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਹੀ ਇੱਕ MLA ਉਸਦਾ PA ਅਰੈਸਟ ਕਰ ਲਿਆ ਹੈ ਵਿਜੀਲੈਂਸ ਦੇ ਅਧਿਕਾਰੀਆਂ ਨੇ ਅਮਿਤ ਰਤਨ ਨਾਮ ਹੈ ਇਸ MLA ਦਾ ਤੋਂ ਦੇਖਦੇ ਹਾਂ ਹੋਰ ਕੀ ਜਾਣਕਾਰੀ ਹੈ ਕੁਲਵੀਰ ਹੋਰਾਂ ਕੋਲ ਇਸ ਮਾਮਲੇ ਬਾਰੇ ਕੁਲਵੀਰ ਸਵਾਗਤ ਕਰਦੇ ਹਾਂ ਤੁਹਾਡਾ ਜੀ ਜੀ ਸਰ ਸਤਿ ਸ੍ਰੀ ਅਕਾਲ ਕੁਲਵੀਰ ਸਾਨੂੰ ਦੱਸੋ ਕਰਨਾ MLA ਦਾ PA ਫੜਿਆ ਗਿਆ ਹੈ 4 ਲੱਖ ਦੀ ਰਿਸ਼ਵਤ ਲੈਂਦਾ ਮਾਮਲਾ ਕੀ ਹੈ ਜੀ ਬਿਲਕੁਲ ਇਹ ਮਾਮਲਾ ਹੈਗਾ ਬਠਿੰਡਾ ਦੇ ਬਠਿੰਡਾ ਦੇਹਾਤੀ ਦਾ ਪਿੰਡ ਹੈ ਸਿੱਧਾ ਅੱਛਾ ਜੀ ਜੋ ਕਿ ਬਹੁਤ ਮਸ਼ਹੂਰ ਪਿੰਡ ਹੈ ਜੀ ਔਰ ਇਹ ਵੀ ਦੱਸਣਯੋਗ ਹੈ ਕਿ ਇਹ ਘੁੱਦਾ ਪਿੰਡ ਬਾਦਲ ਸਾਹਿਬ ਦਾ ਜਿਹੜਾ ਪੁਰਾਣਾ ਪਿੰਡ ਹੈ ਉਸਦਾ ਉਹ ਪਿੰਡ ਹੈ ਇਹ ਘੁੱਦਾ ਲੇਕਿਨ ਇੱਥੋਂ ਦੇ ਸਰਪੰਚ ਹੈ ਸੀਮਾ ਦੇਵੀ ਅੱਛਾ ਇੱਕ ਬਾਣੀਆ ਪਰਿਵਾਰ ਦੇ ਵਿੱਚੋਂ ਹੈ ਤਾਂ ਉਹ ਸੀਮਾ ਦੇਵੀ ਜਦੋਂ ਸਰਪੰਚ ਬਣ ਗਈ ਸੀ ਤਾਂ ਸਰਪੰਚ ਬਣਨ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਹੀ ਕਿਉਂਕਿ ਉਸਨੇ ਮਨਪ੍ਰੀਤ ਬਾਦਲ ਦੇ ਖਾਸ ਬੰਦੇ ਨੂੰ ਜਿਹੜਾ ਕਿ ਮਨਪ੍ਰੀਤ ਬਾਦਲ ਦਾ PA ਸੀਗਾ ਉਸਦੇ ਮਤਲਬ ਸਾਥੀ ਨੂੰ ਜਿਹੜਾ ਹਰਾਇਆ ਸੀਗਾ ਲੇਕਿਨ ਉਸ ਤੋਂ ਬਾਅਦ ਇਹ ਸੀਮਾ ਦੇਵੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਸਰਪੰਚੀ ਤੋਂ ਲੇਕਿਨ ਹੁਣੇ ਬਹਾਲ ਹੋਈ ਸੀਗੀ ਥੋੜੀ ਦੇਰ ਪਹਿਲਾਂ ਹਾਈਕੋਰਟ ਰਾਹੀਂ ਲੇਕਿਨ ਹੁਣ ਕੀ ਹੋਇਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਸੀਮਾ ਦੇਵੀ ਬਹਾਲ ਹੋਣ ਤੋਂ ਬਾਅਦ ਪਿੰਡ ਦੇ ਜਿਹੜੇ ਕੰਮ ਨੇ ਜੋ ਡਿਵੈਲਪਮੈਂਟ ਦੇ ਕੰਮ ਸੀਗੇ ਤਾਂ ਉਸ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਇੱਕ ਪੰਚਾਇਤੀ ਫੰਡ ਹੈ ਜਿਹੜਾ ਕਿ ਉਹ ਜਾਰੀ ਹੋਣਾ ਹੁੰਦਾ ਪਿੰਡ ਦੇ ਕੰਮਾਂ ਵਾਸਤੇ ਲੇਕਿਨ ਪੰਚਾਇਤੀ ਜਿਹੜਾ ਫੰਡ ਸੀਗਾ ਉਸਨੂੰ ਜਾਰੀ ਕਰਾਉਣ ਵਾਸਤੇ ਜਦੋਂ ਬਾਰ ਬਾਰ ਆਪਣੇ MLA ਨੂੰ ਕਿਹਾ ਜਾਂਦਾ ਸੀਗਾ ਕਿ MLA ਸਾਹਿਬ ਸਾਡਾ ਜਿਹੜਾ ਫੰਡ ਹੈ ਉਸਨੂੰ ਜਾਰੀ ਕਰਵਾਓ ਤਾਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਨਾਲ ਇੱਕ ਬੰਦਾ ਜਿਹੜਾ ਰਹਿੰਦਾ ਹੈ ਜਿਹਨੂੰ PA ਦਾ ਨਾਮ ਦਿੱਤਾ ਗਿਆ ਲੇਕਿਨ ਉਸਨੇ ਪ੍ਰਾਈਵੇਟ ਬੰਦਾ ਦੱਸਿਆ PA ਤੋਂ ਬੰਦਾ ਜਿਹੜਾ ਉਹ ਝਾੜ ਲਿਆ ਅਮਿਤ ਰਤਨ ਨੇ ਆਪ ਵੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਰੇਸ਼ਮ ਗਰਭ ਹੈਗਾ ਤਾਂ ਇਸਨੇ ਉਹਨਾਂ ਨਾਲ ਕਿਹਾ ਕਿ 25 ਜੇ ਤੁਸੀਂ 25 ਲੱਖ ਰੁਪਇਆ ਕਢਵਾਉਂਦੇ ਹੋ ਤਾਂ ਫੰਡ ਜਾਰੀ ਕਰਵਾਉਂਦੇ ਹੋ ਤਾਂ ਉਸਦੇ ਵਿੱਚੋਂ 5 ਲੱਖ ਮੈਨੂੰ ਦੇਣਾ ਹੋਵੇਗਾ ਜੀ ਲੇਕਿਨ ਇਹ ਜਿਹੜੀ ਹੈ ਉਹਨਾਂ ਦੀ ਬਾਰਗੇਨਿੰਗ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਜਿਹੜਾ ਕਿ ਸੀਮਾ ਦੇਵੀ ਦਾ ਪਤੀ ਹੈ ਪ੍ਰਿਤਪਾਲ ਕੁਮਾਰ ਉਹਨੇ ਵਿਜੀਲੈਂਸ ਨਾਲ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਕਰਕੇ MLA ਵੀ ਤੇ ਉਸਦਾ ਜਿਹੜਾ PA ਹੈ ਸਾਥੀ ਜੋ ਉਸਦੇ ਨਾਲ ਰਹਿੰਦਾ ਹੈ ਉਸਨੇ ਮੇਰੇ ਤੋਂ ਇੰਨੇ ਪੈਸੇ ਮੰਗੇ ਹੈ ਤੇ 50,000 ਰੁਪਇਆ ਉਸਨੇ ਮੇਰੇ ਤੋਂ ਪਹਿਲਾਂ ਲੈ ਲਿਆ ਹੈ ਅਤੇ ਹੁਣ ਉਹ ਜਿਹੜਾ ਕਿ 5 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਹੈ ਉਹ ਸਾਰੀ ਗੱਲਬਾਤ ਹੋਣ ਤੋਂ ਬਾਅਦ ਵਿਜੀਲੈਂਸ ਨੇ ਜਿਹੜਾ ਆਪਣੇ ਲੈਵਲ ਦੇ ਉੱਪਰ ਜੋ ਵੀ ਇਹ ਮਤਲਬ ਨੋਟਾਂ ਨੂੰ ਰੰਗ ਲਾ ਕੇ ਦਿੰਦੇ ਨੇ ਤਾਂ ਉਸਦੇ ਆਧਾਰ ਦੇ ਉੱਤੇ ਜਦੋਂ ਅੱਜ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਠਿੰਡਾ ਦੇ ਸਰਕਟ ਹਾਊਸ ਜਿਹੜਾ ਕਿ ਡਿਪਟੀ ਕਮਿਸ਼ਨਰ ਦੀ ਬਿਲਕੁਲ ਕੋਠੀ ਦੇ ਨਾਲ ਕੰਧ ਸਾਂਝੀ ਹੈ ਉਸ ਸਰਕਟ ਹਾਊਸ ਦੇ ਵਿੱਚ MLA ਸਾਹਿਬ ਵੀ ਆਏ ਹੋਏ ਸਨ ਔਰ ਉਹ ਜਿਹੜਾ ਉਹਨਾਂ ਦਾ ਸਾਥੀ ਹੈ ਉਹ ਵੀ ਉੱਥੇ ਆਇਆ ਹੋਇਆ ਸੀਗਾ ਜਿਹੜੇ ਸਰਪੰਚ ਦੇ ਘਰ ਵਾਲੇ ਨੇ ਉਹਨਾਂ ਨੂੰ ਜਾ ਕੇ ਪੈਸੇ ਦਿੱਤੇ ਔਰ ਵਿਜੀਲੈਂਸ ਨੇ ਜਿਹੜਾ ਤੁਰੰਤ ਮੌਕੇ ਤੇ ਆ ਕੇ ਫੜ ਲਿਆ ਉਸਦੀ ਗੱਡੀ ਦੇ ਵਿੱਚੋਂ ਜਿਹੜਾ 2 ਲੱਖ ਰੁਪਇਆ ਬਰਾਮਦ ਵੀ ਕਰ ਲਿਆ ਤੇ ਜਿਹੜੇ ਇਹ ਰੇਸ਼ਮ ਗਰਗ ਨੇ ਇਹ MLA ਸਾਹਿਬ ਦੇ ਨਾਲ ਰਹਿੰਦੇ ਨੇ ਮੌਕੇ ਦੇ ਉੱਤੇ ਜਦ MLA ਕਮਰੇ ਦੇ ਵਿੱਚ ਬੈਠੇ ਹੋਏ ਸੀਗੇ ਔਰ MLA ਦੀ ਹਾਜ਼ਰੀ ਦੇ ਵਿੱਚ ਹੀ ਇਹਦੇ ਤੋਂ ਪੈਸੇ ਫੜੇ ਗਏ ਔਰ ਉਸਦੇ ਜਿਹੜੇ ਹੱਥ ਤੋਂ ਆ ਕੇ ਜਿਹੜਾ ਰੰਗ ਸੀਗਾ ਉਹ ਲਾਇਆ ਗਿਆ ਹੱਥਾਂ ਤੋਂ ਤਾਂ ਇਹ ਸਾਰਾ ਕੁਝ ਜਿਹੜਾ ਅਮਿਤ ਰਤਨ ਦੀ ਹਾਜ਼ਰੀ ਦੇ ਵਿੱਚ ਹੋਇਆ ਲੇਕਿਨ ਉਸ ਤੋਂ ਬਾਅਦ ਵਿਜੀਲੈਂਸ ਨੇ ਜਿਹੜਾ ਉਸ ਬੰਦੇ ਨੂੰ ਅਰੈਸਟ ਕਰਕੇ ਆਪਣੇ ਨਾਲ ਲੈ ਗਏ ਤਾਂ ਅਮਿਤ ਰਤਨ ਨੇ ਉਸ ਤੋਂ ਬਾਅਦ ਇੱਕ ਪੋਸਟ ਪਾਈ ਸੋਸ਼ਲ ਮੀਡੀਆ ਦੇ ਉੱਪਰ ਕਿ ਇਹ ਮੇਰਾ PA ਨਹੀਂ ਸੀ ਮੈਂ ਇਸ ਬੰਦੇ ਦੇ ਨਾਲ ਸਿਰਫ ਮਾੜੀ ਮੋਟੀ ਜਾਣ ਪਹਿਚਾਣ ਸੀ ਤਾਂ ਮੈਂ ਇਸ ਦੇ ਨਾਲ ਮੇਰਾ ਕੋਈ ਤਾਲੁਕਾਤ ਨਹੀਂ ਹੈ ਤਾਂ ਮਤਲਬ ਪੱਲਾ ਝਾੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਅਮਿਤ ਰਤਨ ਵੱਲੋਂ ਕੀਤੀ ਗਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਿਤ ਰਤਨ ਅਕਾਲੀ ਦਲ ਵੱਲੋਂ ਵੀ ਬਠਿੰਡਾ ਦੇਹਾਤੀ ਤੋਂ ਇਲੈਕਸ਼ਨ ਲੜਿਆ ਸੀਗਾ ਲੇਕਿਨ ਉਸ ਤੋਂ ਬਾਅਦ ਇਸ ਦੇ ਉੱਪਰ ਜਿਹੜੇ ਨੇ ਬਹੁਤ ਖਤਰਨਾਕ ਇਲਜ਼ਾਮ ਲੱਗੇ ਪੈਸੇ ਦੇ ਲੈਣ ਦੇਣ ਦੇ ਤਾਂ ਅਕਾਲੀ ਦਲ ਨੇ ਅਮਿਤ ਰਤਨ ਨੂੰ ਜਿਹੜਾ ਉਹ ਪਾਰਟੀ ਵਿੱਚੋਂ ਕੱਢ ਦਿੱਤਾ ਸੀ
ਤੇ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਬਠਿੰਡਾ ਦਿਹਾਤੀ ਤੋਂ ਇਲੈਕਸ਼ਨ ਲੜਿਆ ਅਤੇ ਜਿੱਤ ਵੀ ਗਿਆ। ਤੋ ਥੈਂਕ ਯੂ ਕੁਲਵੀਰ, ਇਹਦੇ ਚ ਕੋਈ ਦੋ ਰਾਏ ਨਹੀਂ ਕਿ ਅੰਮ੍ਰਿਤ ਰਤਨ ਜੋ ਮਰਜ਼ੀ ਕਵੇ ਕਿ ਮੇਰਾ ਪੀਏ ਨਹੀਂ ਹੈ, ਮੈਂ ਜਾਣਦਾ ਨਹੀਂ ਬੰਦੇ ਨੂੰ, ਮਾੜਾ ਮੋਟਾ ਜਾਣਦਾ ਹੁਣ ਤੇ ਸੌ ਬਹਾਨੇ ਉਹ ਬਣਾਏਗਾ ਹੀ, ਪਰ ਇਹ ਹੋ ਹੀ ਨਹੀਂ ਸਕਦਾ ਕਿ ਬੰਦਾ ਇੰਨੀ ਰਿਸ਼ਵਤ ਲੈਂਦਾ ਹੋਵੇ ਔਰ ਐਮਐਲਏ ਦੀ ਜਿਹੜੀ ਸਹਿਮਤੀ ਤੋਂ ਬਿਨਾਂ ਇਹ ਸਾਰਾ ਕੰਮ ਕਰਦਾ ਹੋਵੇ। ਤੁਹਾਨੂੰ ਲੱਗਦਾ ਹੈ ਕਿ ਜੇ ਸਹੀ ਤਰੀਕੇ ਨਾਲ ਇਹਦਾ ਰਿਮਾਂਡ ਲਿਆ ਜਾਵੇ, ਪੁਲਿਸ ਤਾਂ ਜਿੱਦਾਂ ਰਿਮਾਂਡ ਲੈਂਦੀ ਹੈ, ਜੇ ਰਿਮਾਂਡ ਲਵੇ ਪੁਲਿਸ ਤੇ ਹੋਰ ਬੜਾ ਕੁਛ ਉਗਲੇਗਾ ਇਹ ਬੰਦਾ? ਬਿਲਕੁਲ, ਜੇ ਪੁਲਿਸ ਇਸਨੂੰ ਵਿਜੀਲੈਂਸ ਰਿਮਾਂਡ ਦੇ ਉੱਪਰ ਲੈ ਕੇ ਉਸਦੀ ਪੁੱਛਗਿੱਛ ਕਰੇਗੀ ਤਾਂ ਕਿਤੇ ਨਾ ਕਿਤੇ ਖੁਲਾਸੇ ਵੱਡੇ ਹੋਣ ਦੀ ਸੰਭਾਵਨਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਜਿਹੜਾ ਦੋ ਮੰਤਰੀ ਫੜੇ ਜਾਣੇ ਔਰ ਤੁਸੀਂ ਇਹ ਦੇਖੋ ਉਸ ਤੋਂ ਬਾਅਦ ਐਮਐਲਏ ਦੇ ਉੱਪਰ ਜਿਹੜਾ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲੱਗੇ ਨੇ, ਇੱਥੋਂ ਤੱਕ ਕਿ ਜਿਹੜਾ ਕਿ ਸਰਪੰਚ ਦਾ ਪਤੀ ਹੈ ਉਸਨੇ ਕਿਹਾ ਕਿ ਮੇਰੇ ਕੋਲ ਰਿਕਾਰਡਿੰਗ ਪਈਆਂ ਹੋਈਆਂ ਅੰਮ੍ਰਿਤ ਰਤਨ ਦੀਆਂ, ਜਿਹੜੇ ਮੇਰੇ ਨਾਲ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ, ਪੈਸੇ ਦਾ ਲੈਣ ਦੇਣ ਦੀਆਂ ਗੱਲਾਂ ਬਾਤਾਂ ਕੀਤੀਆਂ, ਉਹ ਸਾਰੀਆਂ ਜਿਹੜੀਆਂ ਆਡੀਓ ਰਿਕਾਰਡਿੰਗ ਹੈ ਉਹ ਮੈਂ ਵਿਜੀਲੈਂਸ ਨੂੰ ਦੇ ਚੁੱਕਿਆ ਹਾਂ। ਹੁਣ ਵਿਜੀਲੈਂਸ ਕੀ ਇਸਦਾ ਨਾਮ ਵਿੱਚ ਪਾਏਗੀ ਅੰਮ੍ਰਿਤ ਰਤਨ ਦਾ ਜਾਂ ਨਹੀਂ ਪਾਏਗੀ, ਕੀ ਪੁੱਛਗਿੱਛ ਦੌਰਾਨ ਅੰਮ੍ਰਿਤ ਰਤਨ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਾਂ ਨਹੀਂ ਕੀਤੀ ਜਾਵੇਗੀ, ਇਹ ਇੱਕ ਸਵਾਲੀਆ ਨਿਸ਼ਾਨ ਹੈ। ਕਿਸ ਤਰ੍ਹਾਂ ਜਿਹੜਾ ਵਿਜੀਲੈਂਸ ਇਸ ਨੂੰ ਦੇਖਦੀ ਹੈ, ਕਿਉਂਕਿ ਵਿਜੀਲੈਂਸ ਦਾ ਜਿਹੜਾ ਚੀਫ ਹੈ ਉਹ ਬਹੁਤ ਇਮਾਨਦਾਰ ਬੰਦਾ ਹੈ, ਉਸਦੇ ਉੱਪਰ ਜਿਹੜਾ ਲੋਕਾਂ ਨੂੰ ਸੇਧ ਹੈ ਕਿ ਉਹ ਜੋ ਵੀ ਕਰਦਾ ਹੈ ਉਹ ਬਿਲਕੁਲ ਠੀਕ ਕਰਦਾ ਹੈ, ਕਿਉਂਕਿ ਵਰਿੰਦਰ ਕੁਮਾਰ ਜਿਹੜੇ ਕਿ ਐਸ ਐਲ ਡੀ ਜੀ ਪੀ ਨੇ ਵਿਜੀਲੈਂਸ ਦੇ ਪੰਜਾਬ ਦੇ, ਉਹ ਬਹੁਤ ਵੱਡੇ ਪੱਧਰ ਦੇ ਉੱਪਰ ਉਹਨਾਂ ਨੇ ਆਪਣਾ ਜਿਹੜਾ ਇਸ ਆਪਦੀ ਇਮਾਨਦਾਰੀ ਕਰਕੇ ਨਾਮ ਬਣਾਇਆ ਹੋਇਆ। ਹੋ ਸਕਦਾ ਜਦੋਂ ਉਹਨਾਂ ਤੱਕ ਇਹ ਗੱਲ ਜਿਹੜੀ ਹੈ ਪ੍ਰੋਪਰ ਪਹੁੰਚੇਗੀ ਤਾਂ ਕਿਤੇ ਨਾ ਕਿਤੇ ਇਹ ਗੱਲ ਨੂੰ ਉਧੇੜਿਆ ਜਾਵੇਗਾ ਕਿ ਆਖਰ ਐਮਐਲਏ ਉਸ ਨੂੰ ਆਪਣੇ ਨਾਲ ਕਿਉਂ ਰੱਖਦਾ ਸੀਗਾ, ਕੀ ਕਾਰਨ ਸੀਗਾ, ਕਿਉਂਕਿ ਐਮਐਲਏ ਤੇ ਪਹਿਲਾਂ ਵੀ ਜਿਹੜੇ ਨੇ ਮੈਂ ਦੱਸ ਚੁੱਕਿਆ ਕਿ ਕਾਫੀ ਜਿਹੜੇ ਸੰਗੀਨ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਉਸਦੀ ਜਿਹੜੀ ਹੈ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਨੇ ਹਰਸਿਮਰਤ ਕੌਰ ਬਾਦਲ, ਸੁਖਵੀਰ ਬਾਦਲ, ਉਹਨਾਂ ਨੇ ਆਪਣੇ ਪੇਜਾਂ ਦੇ ਉੱਪਰ ਵੀ ਇਸ ਦੀਆਂ ਜਿਹੜੀਆਂ ਤਸਵੀਰਾਂ ਪਾਈਆਂ ਸਨ ਕਿ ਇਹ ਕਰਪਸ਼ਨ ਦੇ ਵਿੱਚ ਡੁੱਬਿਆ ਹੋਇਆ ਬੰਦਾ ਹੈ। ਥੈਂਕ ਯੂ ਕੁਲਵੀਰ। ਔਰ ਤੁਹਾਡੇ ਜਿਹੜੇ ਆਈ ਜੀ ਨੇ, ਹੁਣ ਪਤਾ ਨੀ ਆਈ ਜੀ ਅੱਜ ਕੱਲ੍ਹ ਹੈ ਕਿ ਨਹੀਂ ਹੈ, ਮੇਰੇ ਬੜੇ ਮਿੱਤਰ ਨੇ, ਉਹ ਨਾਮ ਹੈ ਉਹਨਾਂ ਦਾ ਸੁਰਿੰਦਰਪਾਲ ਸਿੰਘ ਪਰਮਾਰ, ਉਹਨਾਂ ਨਾਲ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ। ਵਰਿੰਦਰ ਕੁਮਾਰ ਹੋਰ ਨਾਲ ਵੀ ਸਾਡੇ ਅੱਛੇ ਸੰਬੰਧ ਨੇ, ਬੜੇ ਸਾਲਾਂ ਤੋਂ ਮੈਂ ਜਾਣਦਾ, ਜਦੋਂ ਭਰਤੀ ਹੋਏ ਸੀ ਆਈ ਪੀ ਐਸ ਅਫਸਰ ਬਣੇ ਸੀ ਉਸ ਸਮੇਂ ਤੋਂ ਮੈਂ ਜਾਣਦਾ ਉਹਨਾਂ ਨੂੰ, ਬਹੁਤ ਪੁਰਾਣਾ, ਬੜੇ ਵਧੀਆ, ਤੁਸੀਂ ਜਿਸ ਤਰ੍ਹਾਂ ਕਿਹਾ ਵਾਕਈ ਬੜੇ ਇੱਕ ਛੋਟੇ ਜਿਹੇ ਪਰਿਵਾਰ ਤੋਂ ਅੰਮ੍ਰਿਤਸਰ ਤੋਂ ਆਏ ਨੇ, ਉਹਨਾਂ ਦੇ ਪਿਤਾ ਜੀ ਦੀ ਉੱਥੇ ਛੋਟੀ ਜਿਹੀ ਦੁਕਾਨ ਆ ਹਲਵਾਈ ਦੀ, ਦੇਖੋ ਤੁਸੀਂ ਕਿੱਥੋਂ ਚੱਲ ਕੇ ਕਿੱਥੇ ਪਹੁੰਚੇ ਹੈ, ਔਰ ਅੱਜ ਵੀ ਉਹਨਾਂ ਦਾ ਦਮ ਬਿਲਕੁਲ ਸਾਫ਼ ਹੈ। ਤੋ ਕੋਸ਼ਿਸ਼ ਕਰਾਂਗੇ ਅਸੀਂ ਇਸ ਵਿਸ਼ੇ ਤੇ ਜੇ ਵਰਿੰਦਰ ਕੁਮਾਰ ਹੋਰ ਨਾਲ ਵੀ ਗੱਲਬਾਤ ਹੋ ਸਕੇ ਤੇ ਮੈਂ ਉਹ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗਾ। ਪਰ ਤੁਸੀਂ ਬੜੇ ਇੱਕ ਸੁਹਿਰਦ ਪੱਤਰਕਾਰ ਹੋ, ਮੇਰਾ ਖਿਆਲ ਹੈ ਕਿ ਇੱਕ ਟੈਸਟ ਹੈ ਭਗਵੰਤ ਮਾਨ ਲਈ ਹੁਣ ਇਸ ਵੇਲੇ, ਕਿਉਂਕਿ ਧਰਮਸੋਤ ਨੂੰ ਫੜ ਲਿਆ, ਸ਼ਾਮ ਸੁੰਦਰ ਅਰੋੜੇ ਨੂੰ ਫੜ ਲਿਆ, ਵਿਰੋਧੀਆਂ ਨੂੰ ਤੇ ਫੜ ਲਿਆ, ਲੇਕਿਨ ਆਪਣੀ ਹੀ ਪਾਰਟੀ ਦਾ ਐਮਐਲਏ ਅਗਰ ਇਸ ਤਰ੍ਹਾਂ ਲਿਪਤ ਹੈ ਕਰਪਸ਼ਨ ਦੇ ਵਿੱਚ ਤਾਂ ਉਹ ਤੇ ਡਬਲ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ। ਹੁਣ ਵੀ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਜੇ ਕੋਈ ਫੜਿਆ ਜਾਂਦਾ ਤਾਂ ਕੋਈ ਤਹਿਸੀਲਦਾਰ ਫੜ ਲਿਆ, ਕੋਈ ਛੋਟਾ ਮੋਟਾ ਕੋਈ ਜੰਗਲਾਤ ਮਹਿਕਮੇ ਦਾ ਅਧਿਕਾਰੀ ਫੜ ਲਿਆ। ਤਾਂ ਜਿਹੜੀ ਇਹ ਜਿਹੜੀ ਮੁਹਿੰਮ ਚਲਾਈ ਸੀ ਆਮ ਆਦਮੀ ਪਾਰਟੀ ਨੇ ਆਉਂਦਿਆਂ ਹੀ, ਇੱਕ ਤੋਂ ਬਾਅਦ ਇੱਕ ਵੱਡੇ ਵੱਡੇ ਜਿਹੜੇ ਥੰਮ ਜਿਹੜੇ ਗਿਰੇ, ਅਰੈਸਟ ਕੀਤੇ ਗਏ ਲੋਕ, ਵੱਡੇ ਵੱਡੇ ਨਾਮ, ਹੁਣ ਉਹ ਨਹੀਂ ਅੱਗੇ ਆ ਰਹੇ। ਹੁਣ ਤਾਂ ਲੈ ਦੇ ਕੇ ਛੋਟੇ ਮੋਟੇ ਬੰਦੇ ਜਿਸ ਤਰ੍ਹਾਂ ਪਹਿਲਾਂ ਵੀ ਤਾਂ ਆਉਂਦੇ ਰਹੇ, ਕਾਂਗਰਸ ਵੇਲੇ ਅਕਾਲੀਆਂ ਵੇਲੇ ਵੀ ਵਿਜੀਲੈਂਸ ਫੜ ਲੈਂਦੀ ਸੀ। ਤਾਂ ਮੇਰਾ ਖਿਆਲ ਹੈ ਕਿ ਐਮਐਲਏ ਦਾ ਨਾਮ ਆਉਣਾ, ਉਹਦੇ ਪੀਏ ਦਾ ਨਾਮ ਆਉਣਾ ਔਰ ਐਮਐਲਏ ਦਾ ਉਹਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਹੋਣਾ, ਜੇ ਤੁਸੀਂ ਦੱਸ ਰਹੇ ਹੋ ਉਹਦਾ ਆਲਰੇਡੀ ਦਮਨ ਸਾਫ਼ ਨਹੀਂ ਹੈ, ਤੇ ਇਹ ਇਹ ਬੜੀ ਵੱਡੀ ਇੱਕ ਇਮਤਿਹਾਨ ਦੀ ਘੜੀ ਹੈ ਫਿਰ ਇਹ ਭਗਵੰਤ ਮਾਨ ਵਾਸਤੇ। ਜੀ ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਦੇਖੋ ਇੱਕ ਪਾਸੇ ਤਾਂ ਵਿਜੀਲੈਂਸ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਕਿਹਾ ਗਿਆ ਕਿ ਅਸੀਂ ਕਿਸੇ ਵੀ ਕਰਪਸ਼ਨ ਨੂੰ ਜਾਂ ਕਰਪਟ ਬੰਦੇ ਨੂੰ ਬਿਲਕੁਲ ਬਖਸ਼ਾਂਗੇ ਨਹੀਂ, ਉਸਨੂੰ ਜਿਹੜੀ ਹੈ ਸਜ਼ਾ ਮਿਲੇਗੀ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਵਿਰੋਧੀਆਂ ਦੇ ਉੱਪਰ ਸ਼ਿਕੰਜਾ ਬਹੁਤ ਕਸਿਆ ਗਿਆ, ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੀ ਕਾਲੀਆਂ ਭੇਡਾਂ ਜਿਹਨਾਂ ਨੂੰ ਕਹਿ ਸਕਦੇ ਹਾਂ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਹੈ, ਇਹਨਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਬਾਕੀ ਭਗਵੰਤ ਮਾਨ ਇਸ ਦੇ ਬਾਰੇ ਕੀ ਕਹਿੰਦੇ ਨੇ, ਕਿਉਂਕਿ ਇਸ ਟਾਈਮ ਉਹ ਮਤਲਬ ਸਟੇਟ ਤੋਂ ਬਾਹਰ ਨੇ, ਦੂਜੀ ਸਟੇਟ ਦੇ ਵਿੱਚ ਗਏ ਹੋਏ ਨੇ, ਉਹ
अपने बयान किस तरह देंगे या की होगा यह देखना होगा। लेकिन फिलहाल जोड़ा वे पद्धर के उपर अज जोड़ा भाजपा के कुछ जोड़े लोकल लीडर थे उन्होंने भी उसे आके विरोध किया और उन्होंने अमित रतन जोड़ा सदन की जी है वह भी मंग की कि इन्हों इमीजिएट जरा फड़ के इनू इंटेरोगेट किया जाए तो पूछगिछ की जाए ताकि जोड़ा दुध दुद्ध के पानी का पानी हो सके क्योंकि वे पद्धर के उपर जी भाजपा भी इस चीज का जोड़ा साथ दे रही थी कि जे ये बेईमान लोग ने तो इन्हों क्यों नहीं जोड़ा बच्चे केस के जोड़ा जी तुहाडे नाल काफी दिन बाद गल कर रहे हैं कुलवीर जांदे जांदे थोड़ी जी जानकारी दिओ यह जिहड़ा मनप्रीत बादल है जिस तरह पहला सत्ता का सुख भोगदा रहा अकाली दल वेले फाइनेंस मिनिस्टर सी बड़ा रुतबा सी फिर वह अलग होया बादल परिवार तो उन्हें अपनी पार्टी बनाई मिट्टी फड़ी उन्हें भगत सिंह दी उस समाध ते जाके माफ करना मैं याद आ खटखड़ कलां गया उ सौ खाधी मिट्टी फड़ के किवें फिर वह कांग्रेस के आया फिर कांग्रेस वेले भी उन्हें चंगा सत्ता का सुख भोगया और तुसी जा मेरे ख्याल पता ही होगा तुहानू ज़्यादा बैटर पता होगा कि पूरी कहिंदे आ भी बठिंडे दे विच उहदा साला है जिहड़ी उहदे वल लुट खसुट की जा रही सी दब के जिहड़ा पैसा बनाया गया शरेआम जिहड़ा उत्थे गुंडागर्दी की गई वह भी सत्ता का सुख भोगया हुण इह मनप्रीत बादल सारे असूल एक छिके टंग के ते बीजेपी च जा रहे आ बिल्कुल देखो बीजेपी दे विच गया तां लेकिन बीजेपी दी जिहड़ी सेंटर दी लीडरशिप है उन्होंने उसनूं अपनाया लेकिन जे पंजाब दी गल कीती जावे तां पंजाब दी बीजेपी हजे भी उसनूं नहीं अपना रहेगी क्योंकि लगातार उसका जिहड़ा सारा ब्रदरन ला है मिस्टर जो जो उसके उपर काफी जोड़े इल्जाम लगते रहे हैं इस गलू लैके कि उसने बहुत वे पद्धर के उपर जी है उस शहर के लुट पसुट की थी इतों तक कि जोड़े श्रोमी अकाली दल के बठिंडा हल्के तो एम एल ए भी रहे हैं लेकिन हम सबका एम एल ए ने सरूप चंद सिंगला सरूप चंद सिंगला भाजपा के चले गए मनप्रीत तो पहला सरूप चंद सिंगला ने खास करके जरा मनप्रीत के खिलाफ विजिलेंस जी एप्लीकेशन दी कि इसकी जी बिल्कुल इसकी जी पूछगिछ की जाए इसको वाचा जाए कि इस बंदे ने हुण तक बठिंडे के किन्नी लुट खसुट की है इतों तक कि इन्होंने ब्रदर इन लॉ ने भी इतने लुट खसुट की है तो इसकी जी इंक्वायरी है वो बरीकी की जाए लेकिन तुम ये देखो कि एम एल ए जरा सबका एम एल ए है उन्हों बठिंडा शहरी तो भाजपा ने आपका जोड़ा प्रधान बनाया लेकिन उस तो बाद मनप्रीत बादल जोड़ा वह भाजपा के शामिल होंगे और एक पास दोनों की आपस में बहुत वे पद्धर से लड़ाई हो रही है और दूजे पास उसे भाजपा के मनप्रीत चला गया तो उसे भाजपा के सरूप चंद सिंगला चला गया लेकिन सरूप चंद सिंगला ने स्टैंड आपका इस गल के दिखाया कि मैं आपकी एप्लीकेशन वापस नहीं लवागा इसकी जी है इनक्वायरी वे पद्धर के उपर होनी चाहिए है विजिलेंस को जो योजे लोगों जोड़ा सजा मिल सके जिन्होंने वे पद्धर के उपर जी है करप्शन की है। थैंक यू कुलवीर। वैसे यह भी शर्म की गल है भाजपा वास्ते भी कि जब तक बंदा भाजपा च नहीं है उद तक वह करप्ट है लेकिन जो भाजपा शामिल हो जाए तो वो सारे जोड़े फिर ऐब है सारे वो जे अवगुण है सारे दोष है वह फिर सारे साफ हो जाते हैं। तो मेरे ख्याल जब तक तो मनप्रीत बादल कांग्रेस च सी वह चोर सी वह करप्ट सी हुण ऐसा की हो गया कि भाजपा च गया तो भाजपा हुण ईमानदार नजर आना शुरू हो गया तो भाजपा की जिहड़ी नीति है कि जिहड़ा भी दागी बंदे है जिन्हां दा हुण कोई आधार नहीं जिहड़ा किसी भी पार्टी चो है कोई असूल नहीं कित्थे भाजपा की आइडियालॉजी हिंदुत्ववाद की कित्थे ये मनप्रीत बादल कोई दूर दूर का इन्हों का आपस कित सुमेल नहीं कोई आपस कोई कहें जी कोई इन दया सिमिलैरिटीज़ नहीं फिर ये बंदे क्यों लै लिया भाजपा ने किस वास्ते लै लिया और उस शहर चो सुरूप चंद सिंगला लै चुके पहला ही यह बड़ी शर्म की गल है भाजपा वास्ते भी तो उस तो वड्डी शर्म इन्हां वास्ते भी है इन्हां लोकां वास्ते कि जब तक सत्ता का सुख मिल रहा है तद तक वधिया जदों सत्ता का सुख छिन गया फिर कितने भी कॉम्प्रोमाइज कर लेंगे है।
पर मेरा ख्याल है कि मनप्रीत बादल हूँ लोग मुंह नहीं लाएंगे बठिंडे इलाके के जो मर्जी वह कर ले नंगा हो चुका हूँ और अपनी जरा वकार गुआ चुका है पर कहें कि पॉलिटिशियन ढीठ ने इन्हों का कोई पता नहीं पर एनीवे थैंक यू सो मच कुलवीर बड़े दिनों बाद गल की बड़ा अच्छा लगा थैंक यू सो मच मेहरबानी थैंक यू सो मच